125 ਨਾਲ ਕੈਲਕੂਲੇਟ ਹੋਣਾ ਸੀ, ਪੇ ਕਮਿਸ਼ਨ ਨੇ 113% ਕੀਤਾ। ਕਿਉਂ? ਕਿਉਂਕਿ ਜਦੋਂ ਲੈਟਰ ਇਸ਼ੂ ਹੁੰਦੀ ਹੈ ਉੱਥੇ ਡੇਟਾ ਨਹੀਂ ਪਾਈ ਜਾਂਦੀ, ਬਾਅਦ ਚ ਭੰਬਲ ਭੁੱਸਾ ਕਰਕੇ ਮੁਲਾਜ਼ਮਾਂ ਦੇ ਸਿਰ ਤੇ ਸੁੱਟ ਦਿੰਦਾ, ਸਾਡੇ ਪੈਸੇ ਖਾ ਲਏ ਜਾਂਦੇ ਨੇ। ਤੇ ਕਾਫੀ ਖੁਸ਼ੀ ਸੀ ਸਾਡੇ ਮੁਲਾਜ਼ਮਾਂ ਦੇ ਵਿੱਚ ਵੀ ਡੀਏ ਮਿਲ ਰਿਹਾ। ਲੇਕਿਨ ਜਦੋਂ ਚਿੱਠੀ ਇਸ਼ੂ ਹੋਈ ਹੈ ਤੇ ਉਹਦੇ ਵਿੱਚ ਦੇਖਿਆ ਗਿਆ ਕਿ ਜੋ ਕਾਂਗਰਸ ਔਰ ਅਕਾਲੀ ਸਰਕਾਰ ਦੇ ਵੇਲੇ ਜਿਹੜੀਆਂ ਕੁਤਾਹੀਆਂ ਕੀਤੀਆਂ ਜਾਂਦੀਆਂ ਸੀ, ਜੋ ਗਲਤੀਆਂ ਕੀਤੀਆਂ ਜਾਂਦੀਆਂ ਸੀ, ਉਹ ਅੱਜ ਵੀ ਉਹੀ ਗਲਤੀਆਂ ਕੀਤੀਆਂ ਗਈਆਂ। ਹਰ ਵਾਰ ਅਸੀਂ ਜਿਹੜੀ ਉਹ ਡੇਟ ਪਵਾਉਂਦੇ ਹਾਂ, ਇਸ ਵਾਰ ਫਿਰ ਉਹੀ ਜਿਹੜਾ ਸਿਆਪਾ ਜਿਹੜਾ ਸਾਨੂੰ ਕਰਨਾ ਪੈ ਰਿਹਾ ਜੋ ਕਾਂਗਰਸ ਦੇ ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ, ਉਹ ਜਦੋਂ ਤੋਂ ਐਲਾਨ ਹੋਇਆ ਤੇ ਕਾਫੀ ਮੀਟਿੰਗਾਂ, ਅਜੇ ਨੋਟੀਫਿਕੇਸ਼ਨ ਇਸ਼ੂ ਨਹੀਂ ਹੋਈ, ਇਹਦਾ ਇੱਕ ਪ੍ਰੋਸੀਜਰ ਆ, ਉਹ ਅਜੇ ਖਰੜਾ ਤਿਆਰ ਹੋਣਾ, ਉਹ ਖਰੜਾ ਤਿਆਰ ਹੋ ਕੇ ਟਰਮ ਐਂਡ ਕੰਡੀਸ਼ਨ ਬਣਨੀ ਆ, ਤੇ ਉਹ ਟਰਮ ਐਂਡ ਕੰਡੀਸ਼ਨ ਜਿਹੜੀ ਆ ਉਹ CSR ਵੋਲਿਊਮ 1 ਦੇ ਵਿੱਚ, ਜਿਹੜੀ ਆ 1.2 ਰੂਲ ਦੇ ਵਿੱਚ ਚਿੱਠੀ ਇੱਕ ਲਿਖੀ ਗਈ ਹੈ ਤੁਹਾਡੇ ਵੱਲੋਂ ਵੀ ਸੋਧ ਕੀਤਾ ਜਾਵੇ ਜਿਹੜੀ DA ਨੂੰ ਲੈ ਕੇ, ਉਹਦੇ ਬਾਰੇ ਤਾਂ ਦੱਸੋ ਪਹਿਲਾਂ ਬਰੀਫ ਚ ਕਿਸ ਮਾਮਲੇ ਚ ਲਿਖੀ ਗਈ ਹੈ ਤੇ ਤੁਹਾਡੇ ਵੱਲੋਂ ਕਿਹੜੀ ਚੀਜ਼ ਨੂੰ ਲੈ ਕੇ ਸੋਧ ਦੀ ਡਿਮਾਂਡ ਕੀਤੀ ਗਈ। ਵੀਰ ਜੀ ਗੱਲ ਇਸ ਤਰ੍ਹਾਂ ਹੁੰਦੀ ਹੈ ਵੀ ਹਰ ਸਾਲ 2 ਵਾਰੀ DA ਦਾ ਵਿੱਚ ਵਾਧਾ ਹੁੰਦਾ, ਉਹ ਵਾਧੇ ਦੀ ਗੱਲ ਕੀ, ਜਦੋਂ ਮਹਿੰਗਾਈ ਭੱਤਾ ਵਾਧਾ ਤੇ ਸੈਂਟਰ ਗੌਰਮੈਂਟ ਉਸਨੂੰ ਕੈਲਕੂਲੇਟ ਕਰਕੇ ਲੈਟਰ ਇਸ਼ੂ ਕਰ ਦਿੰਦੇ ਆ। ਇੱਕ ਜੁਲਾਈ ਦੇ ਵਿੱਚ, ਅਗਰ ਜੁਲਾਈ ਅਗਸਤ ਦੇ ਵਿੱਚ ਚਿੱਠੀ ਨਿਕਲਦੀ ਹੈ, ਮੇਨ ਕਰਕੇ ਜੁਲਾਈ ਚ ਹੁੰਦੀ ਹੈ, ਉਸ ਤੋਂ ਬਾਅਦ ਜਨਵਰੀ ਦੇ ਵਿੱਚ ਨਿਕਲਦੀ ਹੈ। ਜਿਹੜੀ ਵੀ ਮਹਿੰਗਾਈ ਦਰ ਹੁੰਦੀ ਹੈ ਉਹਦੇ ਹਿਸਾਬ ਨਾਲ ਸੈਂਟਰ ਜਿਹੜੀ ਆ ਉਹ ਆਪਣੀ ਲੈਟਰ ਇਸ਼ੂ ਕਰ ਦਿੰਦੀ ਹੈ, ਅਨਾਊਂਸ ਕਰ ਦਿੰਦੀ ਹੈ। ਸਟੇਟ ਗੌਰਮੈਂਟ ਜਿਹੜੀ ਆ ਉਹ ਉਸਨੂੰ ਫਾਲੋ ਕਰਦੀ ਹੈ, ਉਹਦੇ ਵਿੱਚ ਦੋ ਤਰ੍ਹਾਂ ਦੀ ਲੈਟਰ ਹੁੰਦੀ ਹੈ, ਰਿਵਾਈਜ਼ ਔਰ ਅਨਰਿਵਾਈਜ਼। ਹਰ ਸਾਲ 2 ਵਾਰੀ ਨਿਕਲਦੀ ਆ। ਇਸ ਸਾਲ ਵੀ ਜਿਹੜੀ ਆ ਲੈਟਰ ਗੌਰਮੈਂਟ ਨੇ ਜਿਹੜੀ ਜਦੋਂ ਦੀ ਆਪਣੇ ਵਜੂਦ ਚ ਆਈ, ਅਜੇ ਤਾਂ DA ਨਹੀਂ ਸੀ ਮਿਲਿਆ, ਫਸਟ ਟਾਈਮ ਜਿਹੜੀ ਇਹਨਾਂ ਨੇ DA ਦਿੱਤਾ ਸੀਗਾ, ਤੇ ਕਾਫੀ ਖੁਸ਼ੀ ਸੀ ਸਾਡੇ ਮੁਲਾਜ਼ਮਾਂ ਦੇ ਵਿੱਚ ਵੀ DA ਮਿਲ ਰਿਹਾ। ਲੇਕਿਨ ਜਦੋਂ ਚਿੱਠੀ ਇਸ਼ੂ ਹੋਈ ਆ ਤੇ ਉਹਦੇ ਵਿੱਚ ਦੇਖਿਆ ਗਿਆ ਕਿ ਜੋ ਕਾਂਗਰਸ ਔਰ ਅਕਾਲੀ ਸਰਕਾਰ ਦੇ ਵੇਲੇ ਜਿਹੜੀਆਂ ਕੁਤਾਹੀਆਂ ਕੀਤੀਆਂ ਜਾਂਦੀਆਂ ਸੀ, ਜੋ ਗਲਤੀਆਂ ਕੀਤੀਆਂ ਜਾਂਦੀਆਂ ਸੀ, ਉਹ ਅੱਜ ਵੀ ਉਹੀ ਗਲਤੀਆਂ ਕੀਤੀਆਂ ਗਈਆਂ। ਸਦਾ ਹੀ ਸੈਂਟਰ ਨਾਲੋਂ ਡੀਲਿੰਕ ਕਰਨ ਦੀ ਚਾਲ ਚੱਲੀ ਜਾਂਦੀ ਆ, ਤੇ ਨੰਬਰ 2 ਤੇ ਜਿਹੜਾ ਏਰੀਅਰ ਬਣਨਾ ਹੁੰਦਾ, ਉਹ ਜਿਹੜਾ ਏਰੀਅਰ ਉਹ ਖਾਣ ਦੀ ਜਿਹੜੀ ਮਨਸਾ ਹੁੰਦੀ ਸਰਕਾਰ ਦੀ, ਉਹ ਹਰ ਵਾਰੀ ਇਵੇਂ ਬਰਕਰਾਰ ਆ। ਇਸ ਵਾਰੀ ਵੀ ਹੁਣ ਜਿਹੜਾ ਸਾਡਾ DA ਸੀਗਾ ਉਹ ਜੁਲਾਈ 2021 ਤੋਂ ਪੈਂਡਿੰਗ ਸੀਗਾ 3%, ਉਸ ਤੋਂ ਬਾਅਦ ਜਨਵਰੀ 2022 ਤੋਂ, ਮਤਲਬ ਕਿ ਜਿਹੜਾ ਸਾਨੂੰ ਜੁਲਾਈ 2021 ਦੇ ਵਿੱਚ ਅਨਾਊਂਸ ਕਰਕੇ ਸਾਡੀ ਤਨਖਾਹ ਦੇ ਨਾਲ 3% ਲੱਗਣੇ ਸਰਕਾਰ ਨੇ ਨਹੀਂ ਲਾਇਆ। ਉਸ ਤੋਂ ਬਾਅਦ ਆ ਗਿਆ 2022 ਜਨਵਰੀ, ਉਹ ਵੀ ਇਹਨਾਂ ਨੇ ਸਾਨੂੰ ਨਹੀਂ ਲਾਇਆ। ਉਸ ਤੋਂ ਬਾਅਦ ਆ ਗਿਆ ਜੁਲਾਈ ਦਾ ਜਿਹੜਾ 4% ਸਰਕਾਰ ਨੇ ਦਿੱਤਾ। ਸੋ ਜੇ ਦੇਖਿਆ ਜਾਵੇ 3+4 10% ਬਣ ਗਿਆ। ਸਰਕਾਰ ਨੇ 6% ਦੇ ਦਿੱਤਾ, ਪਰ ਕਦੋਂ ਤੋਂ ਕਿਹੜੀ ਡੇਟ ਤੋਂ ਨਹੀਂ ਦਿੱਤਾ, ਕਿਉਂਕਿ ਜਿਹੜਾ ਜੁਲਾਈ 2021 ਤੋਂ ਮਿਲਣਾ ਸੀ ਉਦੋਂ ਤੋਂ ਜਿਹੜਾ 3% ਹਰ ਵਾਰੀ ਤਨਖਾਹ ਚ ਕਾਊਂਟ ਹੋਣਾ, ਜਿਹੜਾ ਨਹੀਂ ਦਿੱਤਾ ਗਿਆ। ਜਿਵੇਂ ਜੁਲਾਈ ਤੋਂ ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਤੱਕ 3%, ਉਸ ਤੋਂ ਬਾਅਦ 6% ਆ ਗਿਆ 3+ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਤਾਂ ਜੋ ਵੀ ਅੱਗੇ ਮਹੀਨੇ ਆ ਗਏ, ਉਹਦਾ ਜਿਹੜਾ ਨਹੀਂ ਦਿੱਤਾ ਉਹ ਦੇਣਾ ਬਣਦਾ ਸੀ, ਜਿਹਨੂੰ ਆਪਾਂ ਏਰੀਅਰ ਕਹਿੰਦੇ ਆ। ਹੁਣ ਇਸ ਲੈਟਰ ਦੇ ਨਾਲ ਉਹ ਇਸ ਏਰੀਅਰ ਖਾਧਾ ਗਿਆ, ਹੁਣ ਸਰਕਾਰ ਨੇ ਉਹ ਏਰੀਅਰ ਦਿੱਤਾ ਨੀ। DA 6% ਦੇ ਦਿੱਤਾ, ਪਰ ਜਦੋਂ ਤੋਂ ਬਣਦਾ ਸੀ ਉਹ ਨਹੀਂ ਦਿੱਤਾ। ਪਹਿਲੀ ਜਿਹੜੀ ਗਲਤੀ ਇਹ ਹੋ ਗਈ। ਦੂਜੀ ਗਲਤੀ ਕੀ ਹੋ ਗਈ, ਜਦੋਂ ਸੈਂਟਰ ਗੌਰਮੈਂਟ ਦਿੰਦੀ ਆ ਉੱਥੇ ਡੇਟ ਪਾਉਂਦੀ ਆ, ਉਸੇ ਡੇਟ ਤੋਂ ਸੈਂਟਰ ਗੌਰਮੈਂਟ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਵੀ ਉਸ ਡੇਟ ਤੋਂ ਦੇਵੇ। ਜਦੋਂ ਡੇਟ ਨਹੀਂ ਪਾਈ ਤੇ ਸੈਂਟਰ ਨਾਲ ਉਹ ਡੀਲਿੰਕ ਹੋ ਗਿਆ। ਜੇ 2-4 ਲੈਟਰ ਡੀਲਿੰਕ ਹੁੰਦੀ ਆ, ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਕਰਨਾ ਕੀ ਨਹੀਂ। ਪਹਿਲੀ ਵਾਰ ਹੜਤਾਲ ਹੋਈ ਸੀ, ਸਾਡੀ ਹੜਤਾਲ ਦੀ ਇੱਕ ਮੁੱਖ ਮੰਗ ਸੀ ਕਿ ਸਾਡਾ DA ਸੈਂਟਰ ਦੇ ਨਾਲ ਲਿੰਕ ਕੀਤਾ ਜਾਵੇ, ਉਸ ਡੇਟ ਤੋਂ ਦਿੱਤਾ ਜਾਵੇ। ਹਰ ਵਾਰ ਅਸੀਂ ਜਿਹੜੀ ਉਹ ਡੇਟ ਪਵਾਉਂਦੇ ਹਾਂ, ਇਸ ਵਾਰ ਫਿਰ ਉਹੀ ਜਿਹੜਾ ਸਿਆਪਾ ਜਿਹੜਾ ਸਾਨੂੰ ਕਰਨਾ ਪੈ ਰਿਹਾ ਜੋ ਕਾਂਗਰਸ ਦੇ ਟਾਈਮ ਤੇ ਕਰਨਾ ਪੈ ਰਿਹਾ। ਸੋ ਕੱਲ ਅਸੀਂ ਲੈਟਰ ਦੇ ਕੇ ਗੌਰਮੈਂਟ ਨੂੰ ਚੇਤਾਵਨੀ ਦਿੱਤੀ ਹੈ ਭਾਈ ਉਹ ਕੰਮ ਨਾ ਕਰੋ ਜੋ ਕਾਂਗਰਸ ਕਰਦੇ। ਜੇ ਤੁਸੀਂ 6% ਦੇ 10% ਬਣਦਾ ਸੀ, ਉਹਦਾ ਜਿਹੜਾ 6% ਤੁਸੀਂ ਦਿੱਤਾ, ਉਹਦਾ ਏਰੀਅਰ ਦੇ ਦਿੱਤਾ ਜਾਵੇ, ਨਾਲ ਦੀ ਨਾਲ 4% ਵੀ ਦਿੱਤਾ ਜਾਵੇ। 2015 ਚ ਸਾਡੀਆਂ 2 ਕਿਸ਼ਤਾਂ ਸੀਗੀਆਂ ਬਣਦੀਆਂ, 1 ਕਿਸ਼ਤ ਸੀ 6% ਦੀ, ਉਹ ਵੀ ਵਿੱਚੇ ਪੇ ਕਮਿਸ਼ਨ ਦੇ ਵਿੱਚ ਖਾ ਗਏ, ਉਹ ਵੀ ਨਹੀਂ ਦਿੱਤੀ ਗਈ। ਸੋ ਟੋਟਲ 125 ਨਾਲ ਕੈਲਕੂਲੇਟ ਹੋਣਾ ਸੀ, ਪੇ ਕਮਿਸ਼ਨ ਨੇ 113% ਕੀਤਾ। ਕਿਉਂ? ਕਿਉਂਕਿ ਜਦੋਂ ਲੈਟਰ ਇਸ਼ੂ ਹੁੰਦੀ ਹੈ ਉੱਥੇ ਡੇਟਾ ਨਹੀਂ ਪਾਈ ਜਾਂਦੀ, ਬਾਅਦ ਚ ਭੰਬਲ ਭੁੱਸਾ ਕਰਕੇ ਮੁਲਾਜ਼ਮਾਂ ਦੇ ਸਿਰ ਤੇ ਸੁੱਟ ਦਿੰਦਾ, ਸਾਡੇ ਪੈਸੇ ਖਾ ਲਏ ਜਾਂਦੇ ਨੇ। ਦੂਜੀ ਮੰਗ ਸੀਗੀ ਕਿ ਇੱਕ ਸਾਡੀ ਕਲਾਸ 4 ਨੂੰ ਫੈਸਟੀਵਲ ਐਡਵਾਂਸ ਮਿਲਦਾ ਜੋ ਮੋੜਨ ਯੋਗ ਹੁੰਦਾ 10 ਕਿਸ਼ਤਾਂ ਦੇ ਵਿੱਚ। ਉਧਰੋਂ ਸਾਡੀ ਜਿਹੜੀ ਕਲੈਰੀਕਲ ਦੀ ਮਾਂ ਜਥੇਬੰਦੀ ਆ, ਸਿਰਮੌਰ ਜਥੇਬੰਦੀ PSMSU, ਉਹਦੀ ਹੜਤਾਲ ਸੀ ਮੰਗਾਂ ਦੇ ਸੰਬੰਧ ਵਿੱਚ, DA ਪੁਰਾਣੀ ਪੈਨਸ਼ਨ ਵੀ ਸੀ। ਹੜਤਾਲ ਦੇ ਦੌਰਾਨ ਕੰਮ ਨਾ ਹੋਣ ਕਾਰਨ ਕਲਾਸ 4 ਨੂੰ ਫੈਸਟੀਵਲ ਅਲਾਊਂਸ ਨਹੀਂ ਮਿਲਿਆ। ਉਹਨਾਂ ਦੀ ਇਹ ਮੰਗ ਸੀ ਕਿ ਫੈਸਟੀਵਲ ਅਲਾਊਂਸ ਜਿਹੜਾ ਸਾਨੂੰ ਮੋੜਨ ਯੋਗ ਆ, ਅਸੀਂ ਤੁਹਾਡੇ ਕੋਲ ਲੈਣਾ ਤੇ ਤੁਹਾਨੂੰ ਵਾਪਸ ਦੇਣਾ, ਉਹ ਜਿਹੜਾ ਹੈਗਾ ਉਹਦੀ ਤਰੀਕ ਐਕਸਟੈਂਡ ਕਰ ਦਿੱਤੀ ਜਾਵੇ।
ਜਿਹੜੀ ਲੈਟਰ ਇਸ਼ੂ ਉਸਦੇ ਵਿੱਚੋਂ 10-15 ਦਿਨ ਦੇ ਦਿੱਤੇ ਤਾਂ ਕਿ ਅਸੀਂ ਜਿਹੜਾ ਐਡਵਾਂਸ ਲੈ ਲਿਆ। ਇਹ ਸਾਡੀਆਂ ਦੋ ਮੰਗਾਂ ਜਿਹੜੀਆਂ ਕੱਲ੍ਹ ਅਸੀਂ ਲੈਟਰ ਇਸ਼ੂ ਕੀਤੀਆਂ ਗਵਰਨਮੈਂਟ ਨੂੰ। ਅੱਛਾ ਜੀ, ਫਿਰ ਉਹਦਾ ਤੁਸੀਂ ਲੈਟਰ ਜਿਹੜਾ ਲਿਖਿਆ ਸਰਕਾਰ ਦੇ ਨਾਮ ਤੇ ਕੋਈ ਉਸ ਤੇ ਕੋਈ ਅਸਰ ਹੁੰਦਾ ਨਜ਼ਰ ਆ ਰਿਹਾ ਹਜੇ ਤੱਕ? ਕੋਈ ਸਰਕਾਰ ਵੱਲੋਂ ਕੋਈ ਧਿਆਨ ਦਿੱਤਾ ਗਿਆ ਜਾਂ ਕੋਈ ਗੱਲਬਾਤ ਤੁਹਾਡੇ ਨਾਲ ਹੋਈ ਹੋਵੇ? ਨਹੀਂ ਵੀਰ ਜੀ, ਅਜੇ ਤੱਕ ਜਿਹੜੀ ਆ ਭਰੋਸਾ ਜ਼ਰੂਰ ਮਿਲਿਆ, ਲੇਕਿਨ ਉਸ ਤੋਂ ਬਾਅਦ ਕੋਈ ਇਹੋ ਜਿਹੀ ਗੱਲਬਾਤ ਅੱਗੇ ਵਧੀ ਨਹੀਂ ਗਈ। ਪਰ ਇਹ ਆ ਵੀ ਮੋਸਟਲੀ ਜਦੋਂ ਅਸੀਂ ਇਸ ਚੀਜ਼ ਦੇ ਵਿੱਚ ਆਉਂਦੇ ਹਾਂ ਜਾਂ ਫੀਲਡ ਦੇ ਜਥੇਬੰਦੀ ਜਾਂ ਸੈਕਟਰੀਏਟ ਦੇ ਜਾਂ PSMU ਜਾਂ ਸਾਂਝਾ ਮੁਲਾਜ਼ਮ ਮੰਚ ਜਾਂ ਫਰੰਟ ਜੋ ਵੀ ਜਦੋਂ ਆ ਮੰਗ ਕਰਦਾ ਤੇ ਸਰਕਾਰ ਆ ਹਰ ਵਾਰੀ ਜਿਹੜੀ ਆ ਇਸ ਦੇ ਵਿੱਚ ਅਮੈਂਡਮੈਂਟ ਕਰਦੀ ਆ, ਰੈਕਟੀਫਾਈ ਕਰ ਇਹਨੂੰ, ਲੈਟਰ ਨੂੰ ਕਰਦੀ ਆ। ਆਸ ਕਰਦੇ ਹਾਂ ਵੀ ਜਲਦੀ 10 ਦਿਨ ਦੇ ਵਿੱਚ ਜਿਹੜੀ ਆ ਇਹ ਗੱਲ ਵਧੇ ਨਾ, ਅੱਗੇ ਬਹੁਤ ਵੱਡਾ ਸੰਘਰਸ਼ ਨਾ ਕਰਨਾ ਪਵੇ। ਗਵਰਨਮੈਂਟ ਨੂੰ ਅਪੀਲ ਇਹੀ ਹੈ ਕਿ ਸੰਘਰਸ਼ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਵੀ ਇਹ ਜੋ ਤੁਸੀਂ DA ਦਿੱਤਾ ਇਹਦਾ ਲੋਕ ਫਾਇਦਾ ਲੈ ਸਕਣ ਤੇ ਇਹਦੇ ਜਿਹੜੀ ਆ ਤਰੀਕਾ ਪਾ ਕੇ ਇਹਨੂੰ। ਜਿਹੜਾ ਹੋਰ ਵੱਡਾ ਐਲਾਨ ਕੀਤਾ ਸੀਗਾ ਜੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ, ਉਹ ਜਦੋਂ ਤੋਂ ਐਲਾਨ ਹੋਇਆ ਤੇ ਕਾਫੀ ਮੀਟਿੰਗਾਂ ਹੋ ਰਹੀਆਂ ਨੇ ਤੁਹਾਡੀਆਂ? ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਜੇ ਲੈਟਰ ਇਸ਼ੂ ਨਹੀਂ ਹੋਈ, ਅਜੇ ਨੋਟੀਫਿਕੇਸ਼ਨ ਇਸ਼ੂ ਨਹੀਂ ਹੋਈ, ਇਹਦਾ ਇੱਕ ਪ੍ਰੋਸੀਜਰ ਆ, ਉਹ ਅਜੇ ਖਰੜਾ ਤਿਆਰ ਹੋਣਾ। ਉਹ ਖਰੜਾ ਤਿਆਰ ਹੋ ਕੇ ਉਹਦੀ ਟਰਮ ਐਂਡ ਕੰਡੀਸ਼ਨ ਬਣਨੀ ਆ, ਤੇ ਉਹ ਟਰਮ ਐਂਡ ਕੰਡੀਸ਼ਨ ਜਿਹੜੀ ਆ ਉਹ CSR ਵੋਲਿਊਮ 1 ਦੇ ਵਿੱਚ ਜਿਹੜੀ ਆ 1.2 ਰੂਲ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਜਿਹੜੀ ਆ ਚੇਂਜ ਹੋਏਗੀ, ਮੋਡੀਫਿਕੇਸ਼ਨ ਹੋਏਗੀ, ਉਸ ਅਨੁਸਾਰ ਫਿਰ ਜਿਹੜਾ ਹੈਗਾ ਇਹ ਕੈਬਨਿਟ ਦੇ ਵਿੱਚ ਕੇਸ ਜਾਏਗਾ। ਉਹਦੀ ਅਪਰੂਵਲ ਤੋਂ ਬਾਅਦ ਹੋ ਸਕਦਾ ਅੱਗੇ ਕਿਸੇ ਹੋਰ ਚੈਨਲ ਤੇ ਵੀ ਜਾਵੇ, ਨਹੀਂ ਤਾਂ ਘੱਟੋ ਘੱਟ ਕੈਬਨਿਟ ਤੇ ਆਣਾ, ਉਸ ਤੋਂ ਬਾਅਦ ਹੀ ਇਹਦੀ ਨੋਟੀਫਿਕੇਸ਼ਨ ਜਾਰੀ ਹੋਊਗੀ। ਸੋ ਆਪਾਂ ਪਹਿਲੇ ਹੀ ਇਹ ਪੈ ਗਏ ਕ੍ਰੈਡਿਟ ਲੈ ਲਈਏ, ਕ੍ਰੈਡਿਟ ਨਹੀਂ ਵੀਰ ਜੀ, ਆਪਾਂ ਕ੍ਰੈਡਿਟ ਨਹੀਂ, ਅਜੇ ਲੜਾਈ ਹੋ ਸਕਦਾ ਹੋਰ ਲੜਨੀ ਪਵੇ। ਸੋ ਜਿਨ੍ਹਾਂ ਨੇ ਵੀ ਤੁਸੀਂ ਲੜਾਈ ਲੜੀ ਹੈ, ਜੋ ਕਹਿ ਰਹੇ ਨੇ ਸਾਡੇ ਕਰਕੇ ਠੀਕ ਆ, ਧੰਨਵਾਦ ਆ, ਤੁਸੀਂ ਲੜਾਈ ਹੈ, ਤੁਸੀਂ ਲੜੇ ਹੋ ਸਾਡੇ ਲਈ, ਤੁਸੀਂ ਜਿਹੜੀ ਆ ਪੈਨਸ਼ਨ ਜਿਹੜੀ ਆ ਬਹਾਲ ਕਰਾਈ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਹਾਂ। ਪਰ ਅਸੀਂ ਇਹ ਨਹੀਂ ਕਹਿੰਦੇ ਵੀ ਅਜੇ ਲਈ ਅਸੀਂ ਕ੍ਰੈਡਿਟ ਵਾਰ ਦੇ ਵਿੱਚ, ਹਾਂ ਜਿੰਨਾ ਕੁ ਸਾਡੇ ਕੋਲ ਸਹਿਯੋਗ ਦਿੱਤਾ ਗਿਆ ਅਸੀਂ ਦਿੱਤਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੰਗਾਂ, ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਅਹਿਮ ਮੰਗ ਆ, ਜਿਵੇਂ ਪਹਿਲੇ ਪ੍ਰਾਇਓਰਟੀ ਤੇ ਅਸੀਂ ਲੜੇ ਸੀਗੇ, ਪਿੱਛੇ ਸਾਰੇ ਮਿਲ ਕੇ ਲੜੇ ਸੀਗੇ, ਆ ਗਿਆ ਸੀ। ਸੋ ਬਹੁਤ ਵੱਡੀ ਡਿਮਾਂਡ ਨੂੰ ਲੈ ਕੇ ਲੜਾਈ ਲੜੀ ਆ। ਪਿੱਛੇ ਜੇ PSMSU ਸਾਡੀ ਕਲੈਰੀਕਲ ਜਿਹੜੀ ਜਥੇਬੰਦੀ, ਉਹਨੇ ਹੜਤਾਲ ਵੀ ਕੀਤੀ, ਉਹਦੇ ਵਿੱਚ ਵੀ ਇਹ ਮੁੱਖ ਮੰਗ ਸੀ। ਉਸ ਤੋਂ ਪਹਿਲੇ ਤੁਸੀਂ ਇੱਥੇ ਕਵਰੇਜ ਕੀਤੀ ਇਸੇ ਜਗ੍ਹਾ ਤੇ ਵੀ ਸੈਕਟਰੀਏਟ ਇਤਿਹਾਸ 'ਚ ਬੰਦ ਨਹੀਂ ਸੀ ਹੋਇਆ, 90 'ਚ ਬੰਦ ਹੋਇਆ ਸੀ ਕੁਛ ਅੰਸ਼ਕ ਤੌਰ ਤੇ, ਉਸ ਤੋਂ ਪਹਿਲਾਂ 84 'ਚ ਇੱਕ ਮਹੀਨਾ ਬੰਦ ਰਿਹਾ ਸੀ, ਉਸ ਤੋਂ ਬਾਅਦ ਕਦੀ ਵੀ ਏਡੀ ਵੱਡੀ ਹੜਤਾਲ ਨਹੀਂ ਹੋਈ। ਗਿਆ ਉਹਨਾਂ ਨਾਲ ਮਿਲ ਕੇ ਅਸੀਂ ਲੜਾਈ ਲੜਾਂਗੇ। ਸੋ ਧੰਨਵਾਦ ਆ ਜਿਹੜੀ ਸਾਡੀ PSMSU ਨੇ ਜਿਹੜੀ ਪਿੱਛੇ 12 ਦਿਨਾਂ ਦੀ ਹੜਤਾਲ ਕੀਤੀ ਹੈ, ਜਿਹੜੀ ਆ NPS ਦੇ ਸੰਬੰਧਿਤ 2-3 ਧਿਰਾਂ ਹੈਗੇ ਉਹਨਾਂ ਨੇ ਲੜਾਈ ਲੜੀ ਹੈ, ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ। ਸੋ ਦਿਲ ਛੋਟਾ ਨਾ ਕਰੋ, ਲੋਕਾਂ ਨੂੰ ਪਤਾ ਵੀ ਕਿਹਨੇ ਕੀ ਕੀਤਾ, ਉਹਨਾਂ ਨੇ ਆਪੇ ਹੀ ਕ੍ਰੈਡਿਟ ਦੇਣਾ। ਦਿਲਾਂ ਦੇ ਵਿੱਚ ਘਰ ਹੁੰਦੇ ਆ, ਦਿਲਾਂ ਦੇ ਵਿੱਚ ਇੱਜ਼ਤ ਹੁੰਦੀ ਆ, ਤੇ ਇਹ ਨਹੀਂ ਵੀ ਆਪਾਂ ਅਖਬਾਰਾਂ ਦੇ ਸਫ਼ੇ ਤੇ ਜਾਂ ਸਕਰੀਨਾਂ ਦੇ ਉੱਤੇ ਆ ਕੇ ਆਪਾਂ ਕ੍ਰੈਡਿਟ ਲੈ ਲਈਏ। ਸੋ ਸਾਰਿਆਂ ਨੂੰ ਕ੍ਰੈਡਿਟ ਆ, ਸਾਰੇ ਵਧਾਈ ਦੇ ਪਾਤਰ। ਸੋ ਆਓ ਆਪਾਂ ਅਗਲੇ ਆਉਣ ਵਾਲੇ ਟਾਈਮ ਤੇ ਜਿਹੜੀ ਅਗਲੀ ਮੰਗਾਂ ਉਹਦੇ ਬਾਰੇ ਲੜਾਈ ਲਈ ਲਾਮਬੰਦ ਹੋਈਏ ਜੀ।